ਜਿਸ ਮਰਨੇ ਤੇ ਜੱਗ ਡਰੇ ਜਿਹਦੇ ਤੋਂ ਦੁਨੀਆ ਡਰਦੀ ਉਹ ਮੌਤ ਬੁਲਾਈਏ ਮਾਨ ਵਧੇ ਜੋ ਪੰਥ ਦਾ ਹੁਕਾਰ ਕਵਾਈਏ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਸਿੰਘ ਹੈ ਨਾ ਗੁਰਮਖੋ ਉਹ ਭਾਈ ਸਾਹਿਬ ਦਾ ਜੀਵਨ ਵੇਖੋ ਜਰਾ ਮੈਨੂੰ ਦੋ ਤਿੰਨ ਸਿੰਘ ਮਿਲੇ ਜਿਹੜੇ ਜੇਲ੍ਹ ਵਿੱਚ ਉਹਨਾਂ ਦੇ ਨਾਲ ਰਹੇ ਹੁਣ ਉਹਨਾਂ ਨੇ ਵੇਖੋ ਇਹ ਗੱਲ ਆਖੀ ਹੈ ਕਿ ਮੈਨੂੰ 17 ਸਾਲ ਹੋ ਗਏ ਜੇਲ੍ਹ ਵਿੱਚ ਬੰਦ ਕੀਤੀ 17 ਸਾਲ ਹੋ ਗਏ ਹੁਣ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ 31 ਤਰੀਕ ਨੂੰ ਕਹਿੰਦੇ ਫਾਂਸੀ ਚਾੜ ਦਿੱਤਾ ਜਾਵੇ ਇਹ ਗੱਲ ਸੁਣ ਕੇ ਜਿੰਨੇ ਸਿੱਖ ਹਿਰਦੇ ਨੇ ਉਹ ਵਦੂੰਦਰੇ ਗਏ ਭਾਵੇਂ ਗੁਰਮਖੋ ਕੋਈ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਇੱਥੇ ਤੁਹਾਡੇ ਚ ਹਿੰਦੂ ਭਰਾ ਬੜੇ ਬੈਠੇ ਨੇ ਸਿੱਖ ਬੜੇ ਬੈਠੇ ਨੇ ਕਿਸੇ ਧਰਮ ਨਾਲ ਕੋਈ ਬੰਦਾ ਸੰਬੰਧ ਰੱਖਦਾ ਹੋਵੇ ਜਦੋਂ ਵੀ ਕੋਈ ਧੱਕਾ ਕਿਸੇ ਨਾਲ ਵੀ ਹੁੰਦਾ ਹੈ ਉਹਦੇ ਸੰਬੰਧ ਵਿੱਚ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਤੇ ਭਾਈ ਬਲਵੰਤ ਸਿੰਘ ਰਾਜੇਆਣਾ ਜਿਹੜੇ ਨੇ ਉਹ ਇੰਨੇ ਚੜ੍ਹਦੀ ਕਲਾ ਵਾਲੇ ਨੇ ਕਿ ਮੈਂ ਦੋ ਸਿੰਘਾਂ ਨੂੰ 12-13 ਸਾਲਾਂ ਤੋਂ ਜਾਣਦਾ ਉਹ ਮੇਰੇ ਕਹਿਣ ਤੇ ਮੈਂ ਕਈ ਵਾਰੀ ਉਹਨਾਂ ਨੂੰ ਮਿਲਣਾ ਮੈਂ ਕਹਿਣਾ ਦਾੜੀ ਕੇਸ ਰੱਖ ਲਓ ਉਹ ਮਨ ਬਣਾਓ ਅੰਮ੍ਰਿਤ ਛਕ ਲਓ ਉਹ ਅਜੇ ਤੱਕ ਨਹੀਂ ਸੀ ਮੰਨੇ ਤਿਆਰ ਨਹੀਂ ਹੋਏ ਛਕਾਂਗੇ ਬਾਬਾ ਜੀ ਪ੍ਰੇਮ ਕਰਨੇ ਆ ਆਉਂਦੇ ਆ ਛਕਾਂਗੇ ਉਹ ਕੋਈ ਖੇਡ ਏਦਾਂ ਦੀ ਬਣ ਗਈ ਜੇਲ੍ਹ ਜਾਣਾ ਪੈ ਗਿਆ ਸਰਦਾਰ ਬਲਵੰਤ ਸਿੰਘ ਹੋਣਾ ਦੇ ਨਾਲ ਉਹ 3 ਮਹੀਨੇ ਰਹਿ ਕੇ ਆਏ ਨੇ ਉਹ ਬਲਵੰਤ ਸਿੰਘ ਨਹੀਂ ਕਹਿੰਦੇ ਉਹ ਬਾਬਾ ਜੀ ਕਹਿੰਦੇ ਨੇ ਬਲਵੰਤ ਸਿੰਘ ਨਹੀਂ ਕਹਿੰਦੇ ਬਾਬਾ ਜੀ ਕਹਿੰਦੇ ਨੇ ਔਰ ਦੋਵਾਂ ਦਾ ਜੀਵਨ ਬਾਬਾ ਬਲਵੰਤ ਸਿੰਘ ਦੀ ਸੰਗਤ ਕਰਨ ਕਰਕੇ ਬਦਲਿਆ ਗਏ ਸੀ ਤੇ ਮਨਮੁਖ ਸੀ ਜਦੋਂ ਜੇਲ੍ਹ ਚੋਂ ਬਾਹਰ ਆਏ ਨੇ ਮੈਂ ਇਹਨਾਂ ਨੂੰ ਆਖਿਆ ਉਹ ਇੰਨੇ ਸਿੰਘ ਜੇਲ੍ਹਾਂ ਚ ਬੰਦ ਨੇ ਤੁਹਾਡਾ ਜੀਵਨ ਕਿਵੇਂ ਬਦਲ ਗਿਆ ਉਹ ਆਖਣ ਲੱਗੇ ਬਾਬਾ ਜੀ ਹੁਣ ਪੱਗ ਨਹੀਂ ਲਾਉਣੀ ਹੁਣ ਕੇਸ ਨਹੀਂ ਕਟਾਉਣੇ ਮੈਂ ਇਹਨਾਂ ਨੂੰ ਆਖਿਆ ਹੋਇਆ ਕਿ ਉਹ ਆਖਣ ਲੱਗੇ ਸਾਨੂੰ ਅੰਦਰ ਬਾਬਾ ਬਲਵੰਤ ਸਿੰਘ ਦੀ ਸੰਗਤ ਮਿਲੀ ਬਾਬਾ ਬਲਵੰਤ ਸਿੰਘ ਉਹ ਬਾਬਾ ਜੀ ਕਹਿੰਦੇ ਨੇ ਮੈਂ ਕਿਹਾ ਕੀ ਵੇਖਿਆ ਉਹਨਾਂ ਚ ਕੀ ਖਾਸੀਅਤ ਵੇਖੀ ਤੁਸੀਂ ਉਹ ਮੈਨੂੰ ਆਖਣ ਲੱਗੇ ਕਹਿੰਦੇ ਬਾਬਾ ਜੀ ਬੜੇ ਤਰ੍ਹਾਂ ਦੇ ਕੈਦੀ ਨੇ ਬੜੇ ਵਿਗੜੇ ਹੋਏ ਕੈਦੀ ਵੀ ਨੇ ਨਕਲੀ ਸਿੱਖ ਵੀ ਹੋਣਗੇ ਪਰ ਕਹਿੰਦੇ ਬਾਬਾ ਬਲਵੰਤ ਸਿੰਘ ਇਹੋ ਜੀ ਸ਼ਖਸੀਅਤ ਹੈ ਭਾਈ ਬਲਵੰਤ ਸਿੰਘ ਰਾਜੇਆਣਾ ਇਹੋ ਜੀ ਸ਼ਖਸੀਅਤ ਹੈ ਜਿਹੜਾ ਇੱਕ ਮਿੰਟ ਇੱਕ ਸਵਾਸ ਵੀ ਨਾਮ ਬਿਨਾਂ ਬਿਰਥਾ ਨਹੀਂ ਜਾਣ ਦਿੰਦਾ ਉਹ ਕਹਿੰਦੇ ਉਹ ਇਹੋ ਜਿਹਾ ਚੜ੍ਹਦੀ ਕਲਾ ਵਾਲਾ ਸਿੰਘ ਹੈ ਹਰ ਵੇਲੇ ਬਾਣੀ ਪੜ੍ਹਦਾ ਰਹਿੰਦਾ ਹੈ ਹਰ ਵੇਲੇ ਨਿਤਨੇਮ ਕਰਦਾ ਰਹਿੰਦਾ ਹੈ ਹਰ ਵੇਲੇ ਜੁੜਿਆ ਹੋਇਆ ਹੈ ਐਸੀ ਸ਼ਖਸੀਅਤ ਹੈ ਤੇ ਮੈਂ ਆ ਹੁਣ ਜਦੋਂ ਇਹ ਪਹਿਲਾਂ ਬਿਆਨ ਨਹੀਂ ਸੀ ਆਇਆ ਉਹਨਾਂ ਦਾ ਇਹ ਫਾਂਸੀ ਦੀ ਸਜ਼ਾ ਬਾਅਦ ਚ ਦਿੱਤੀ ਗਈ ਹੈ ਇਹ ਗੱਲ ਮੈਨੂੰ ਪਹਿਲਾਂ ਦੱਸੀ ਸੀ ਮੈਨੂੰ ਮੈਂ ਕਿਹਾ ਕਿੰਨਾ ਜਜ਼ਬੇ ਵਾਲਾ ਚੜ੍ਹਦੀ ਕਲਾ ਵਾਲਾ ਭਾਈ ਰਾਜੇਆਣਾ ਕੈਸੀ ਸ਼ਖਸੀਅਤ ਹੋਏਗੀ ਪਰ ਆ ਹੁਣ ਜਦੋਂ ਆ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਮੇਰੇ ਵੱਲੋਂ ਕੋਈ ਅਪੀਲ ਨਾ ਪਾਈ ਜਾਏ ਮੈਂ ਫਾਂਸੀ ਤੇ ਫਾਂਸੀ ਦਾ ਰੱਸਾ ਚੁੰਮਣਾ ਹੈ ਮੇਰੇ ਵੱਲੋਂ ਕੋਈ ਅਪੀਲ ਨਾ ਕਰੋ ਮੈਂ ਕੋਈ ਮਾਫੀ ਨਹੀਂ ਮੰਗਣੀ ਮਾਫੀ ਮੈਂ ਤਾਂ ਮੰਗਾ ਜੇ ਮੈਂ ਕੋਈ ਗਲਤੀ ਕੀਤੀ ਹੋਵੇ ਵੇਖੋ ਲੋਕ ਸੂਈ ਵੱਜਦੇ ਕਿੰਨੀ ਤਕਲੀਫ ਮੰਨਨੇ ਆਪਾਂ ਮਾੜਾ ਜਿਹਾ ਕੰਡਾ ਵੱਜਿਆ ਨਹੀਂ ਚੱਲ ਸਕਦੇ ਪਰ ਉਹ ਕਹਿੰਦੇ ਨੇ ਮੈਂ ਕੋਈ ਗਲਤੀ ਨਹੀਂ ਕੀਤੀ ਸਾਡੇ ਬਹੁਤ ਸਾਰੇ ਬੱਚਿਆਂ ਨੂੰ ਸ਼ਹੀਦ ਕਰਨ ਵਾਲੇ ਮਾਵਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਉੱਜੜ ਗਏ ਨੇ ਅਜੇ ਤੱਕ ਵਸੇ ਨਹੀਂ ਮਾਵਾਂ ਦੇ ਲਾਡਲੇ ਖੋਲ ਲਏ ਬੜੀਆਂ ਬੀਬੀਆਂ ਜਿਹੜੀਆਂ ਨੇ ਵਿਧਵਾ ਹੋ ਗਈਆਂ ਬੜੇ ਬੱਚੇ ਅਨਾਥ ਹੋ ਗਏ ਉਹ ਕਹਿੰਦੇ ਇਹੋ ਜਿਹਿਆਂ ਨੂੰ ਪਾਰ ਬੁਲਾ ਦਿੱਤਾ ਹੈ ਮੈਂ ਕੋਈ ਪਾਪ ਨਹੀਂ ਕੀਤਾ ਮੈਂ ਕੁਛ ਮਾੜਾ ਨਹੀਂ ਧਿਆਨ ਦਿਓ ਉਹ ਕਹਿੰਦੇ ਮੈਂ ਪਾਪ ਨਹੀਂ ਕੀਤਾ ਅਸੀਂ ਇਹ ਗੱਲਾਂ ਸਟੇਜਾਂ ਤੇ ਕਰਨੇ ਆ ਅਸੀਂ ਇਹ ਗੱਲਾਂ ਸਟੇਜਾਂ ਤੇ ਪੜ੍ਹਨੇ ਆ ਮੈਂ ਬੜੀ ਵਾਰੀ ਅਰਜ਼ ਕਰਨਾ ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਹੀਂ ਭਾਅ ਬਜ਼ਾਰਾਂ ਦੇ ਪੱਤ ਝੜਾਂ ਚ ਰਹਿੰਦੇ ਰਹਿੰਦੇ ਵੀ ਗਾਉਂਦੇ ਨੇ ਗੀਤ ਬਹਾਰਾਂ ਦੇ ਨਿਤ ਮੌਤ ਕਸੀਦੇ ਪੜ੍ਹਦੀ ਏ ਇਹਨਾਂ ਸਿਰ ਲੱਥਿਆਂ ਸਰਦਾਰਾਂ ਦੇ ਮੈਂ ਅਰਜ਼ ਬੜੀ ਵਾਰੀ ਕੀਤੀ ਏ ਕਿ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ ਨਾ ਪ੍ਰਿੰਸੀਪਲ ਜੋਧ ਸਿੰਘ ਨੇ ਅਰਦਾਸ ਕੀਤੀ ਸੀ ਉਹ ਆਖਣ ਲੱਗੇ
ਅਰਦਾਸ ਕਰਨ ਤੋਂ ਪਹਿਲਾਂ ਉਹ ਕਹਿੰਦੇ ਕਈ ਲੋਕ ਸਾਡੇ ਸਿੱਖ ਧਰਮ ਤੇ ਸ਼ੰਕੇ ਕਰਦੇ ਨੇ, ਕਈ ਲੋਕ ਸ਼ੰਕੇ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਆ ਗੱਲਾਂ ਸਿੱਖਾਂ ਨੇ ਬੰਦ ਬੰਦ ਕਟਾਏ, ਖੋਪਰ ਲੋਹਾਏ, ਚਰਖੜੀਆਂ ਤੇ ਚੜ ਗਏ, ਦੇਗਾਂ ਚ ਕੱਢ ਗਏ, ਇਹ ਸਿੱਖਾਂ ਨੇ ਐਵੇਂ ਗੱਲਾਂ ਬਣਾਈਆਂ ਨੇ, ਐਦਾਂ ਹੋ ਨਹੀਂ ਸਕਦਾ। ਖੋਪਰੀ ਕੋਈ ਲੋਹਾ ਨਹੀਂ ਸਕਦਾ, ਕੋਈ ਚਰਖੜੀ ਤੇ ਚੜ ਨਹੀਂ ਸਕਦਾ, ਕੋਈ ਦੇਗਾਂ ਚ ਕੱਢ ਨਹੀਂ ਸਕਦਾ, ਹੱਸ ਹੱਸ ਕੇ ਕੋਈ ਸ਼ਹੀਦੀ ਪ੍ਰਾਪਤ ਨਹੀਂ ਕਰ ਸਕਦਾ। ਪ੍ਰਿੰਸੀਪਲ ਜੋਧ ਸਿੰਘ ਨੇ ਆਖਿਆ ਸੀ, ਉਹ ਕਹਿਣ ਲੱਗੇ ਅਰਦਾਸ ਮੈਂ ਕਰਨ ਲੱਗਾ ਪਰ ਅਜੇ ਆ ਵੇਖੋ 125 ਲਾਸ਼ਾਂ ਨੇ, 4 ਟੋਕਰੇ ਮਾਸ ਤੇ ਭਰੇ ਹੋਏ ਨੇ, ਖੋਪੜੀਆਂ ਆ ਕੇ ਗਿਣ ਲਓ, ਅਰਦਾਸ ਅਜੇ ਕਰਨ ਲੱਗੇ ਆ। ਜਿਹੜੇ ਬੰਦੇ ਦੇ ਅੰਦਰ ਸਿੱਖ ਕੌਮ ਉੱਤੇ ਭਰਮ ਹੈ ਉਹ ਆ ਕੇ ਵੇਖ ਲਓ, ਸਿੱਖ ਜੋ ਕਹਿੰਦੇ ਨੇ ਉਹ ਕਹਿੰਦੇ ਹੀ ਨਹੀਂ, ਉਹ ਕਮਾਉਂਦੇ ਵੀ ਨੇ। ਆ ਕੇ ਵੇਖੋ, ਆ ਸ਼ਹੀਦ ਅਜੇ ਸੰਸਕਾਰ ਹੋਣਾ ਹੈ ਸ਼ਹੀਦਾਂ ਦਾ। ਤੇ ਮੈਂ ਇਹ ਬੇਨਤੀ ਕਰਨਾ, ਅਸੀਂ ਆ ਗੱਲਾਂ ਸਟੇਜਾਂ ਤੇ ਬੜੇ ਚਿਰ ਤੋਂ ਕਰਨੇ ਆ, ਬੜੇ ਪ੍ਰਚਾਰਕ ਕਰਦੇ ਨੇ ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ, ਤੇ ਮੈਂ ਅੱਜ ਇਹ ਡਾਇਰੈਕਟ ਗੱਲ ਕਹਿਣੀ ਚਾਹੁੰਦਾ ਪਿਆਰਿਓ, ਭਾਈ ਰਾਜੇਆਣਾ ਬਲਵੰਤ ਸਿੰਘ ਦੀ ਕੁਰਬਾਨੀ, ਉਹਨਾਂ ਦਾ ਜਜ਼ਬਾ ਵੇਖ ਲਓ। ਸਾਰੀ ਦੁਨੀਆ ਕਹਿੰਦੇ ਭਾਈ ਸਾਹਿਬ ਅਪੀਲ ਪਾ ਲਓ, ਉਹ ਕਹਿੰਦੇ ਮੈਂ ਤੇ 31 ਤਰੀਕ ਨੂੰ ਚਾਹ ਨਾਲ ਉਡੀਕ ਰਿਹਾ। ਜੋ ਕੌਮ ਕਹਿੰਦੀ ਹੈ ਸਾਡੀ, ਇਹ ਸਿੰਘ ਸ਼ਹੀਦ ਹੋਏ ਨਹੀਂ, ਇਹ ਅੱਜ ਵੀ ਹੋ ਰਹੇ ਨੇ, ਅੱਜ ਵੀ ਨਹੀਂ ਡਰਦੇ। ਕਮਾਲ ਦੀ ਗੱਲ ਨਹੀਂ ਪਿਆਰਿਓ, ਕਮਾਲ ਦੀ ਖੇਡ ਨਹੀਂ ਕਿ ਸਾਰੀ ਦੁਨੀਆ ਕਹਿੰਦੀ ਅਪੀਲ ਪਾਓ, ਕਹਿੰਦੇ ਮੈਂ ਅਪੀਲ ਨਹੀਂ ਪਾਣੀ। 31 ਤਰੀਕ ਨੂੰ ਉਹ ਨੇੜੇ, ਉਹ ਕੋਠੜੀ ਵੀ ਨੇੜੇ ਲੈ ਲਈ ਹੈ ਜਿੱਥੇ ਫਾਂਸੀ ਦਿੱਤੀ ਜਾਣੀ, ਕੋਠੜੀ ਵੀ ਨੇੜੇ ਲਈ ਹੈ, ਉਸ ਜਗ੍ਹਾ ਦੇ ਨੇੜੇ ਅੱਪੜ ਗਏ ਆ, ਜ਼ੋਰ ਲਾ ਲਿਆ ਸਾਰਿਆਂ ਨੇ, ਉਹ ਸਭ ਨੂੰ ਇੱਕੋ ਹੀ ਬੇਨਤੀ ਕਰੀ ਜਾਂਦੇ ਨੇ, ਮੇਰੇ ਵਾਸਤੇ ਅਪੀਲ ਨਾ ਕਰੋ, ਮੈਨੂੰ ਮਰਨ ਦਾ ਚਾਅ ਹੈ, ਮੈਨੂੰ ਖੁਸ਼ੀ ਹੈ, ਮੈਂ ਨਹੀਂ ਡਰਦਾ, ਮੈਂ ਕੁਛ ਗਲਤ ਨਹੀਂ ਕੀਤਾ। ਹਰੇਕ ਨੂੰ ਇਹ ਮੈਸੇਜ ਦੇ ਰਹੇ, ਹਰੇਕ ਨੂੰ ਉਹ ਇਹ ਸੁਨੇਹਾ ਦੇ ਰਹੇ। ਵੇਖੋ ਇਦਾਂ ਦੇ ਗੁਰੂ ਕੇ ਸਿੰਘਾਂ ਉੱਤੇ ਮਾਣ ਹੈ ਨਾ ਸਾਨੂੰ, ਅਸੀਂ ਸਿਰ ਉੱਚਾ ਕਰਕੇ ਸਾਰੇ ਸਿੱਖ ਜਿੰਨੇ ਇੱਥੇ ਬੈਠੇ ਆ, ਭਾਵੇਂ ਕੋਈ ਦੂਸਰੇ ਧਰਮ ਨਾਲ ਵੀ ਸੰਬੰਧ ਰੱਖਦਾ, ਪਰ ਇਹ ਗੱਲ ਸਾਰਿਆਂ ਵਾਸਤੇ ਹੈ। ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੇ ਹਰ ਧਰਮ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਕਿਸੇ ਧਰਮ ਦੀ ਇੱਥੇ ਵਿਰੋਧਤਾ ਨਹੀਂ ਕੀਤੀ ਗਈ। ਬਾਬਾ ਦੀਪ ਸਿੰਘ ਨੂੰ ਆ ਕੇ ਦੱਸਿਆ, ਬਾਬਾ ਜੀ ਐਦਾਂ ਧੀਆਂ ਭੈਣਾਂ ਨੂੰ ਲੈ ਕੇ ਜਾ ਰਹੇ ਨੇ, ਬਹੁ ਬੇਟੀਆਂ ਨੂੰ ਬੰਨ ਕੇ। ਬਾਬਾ ਦੀਪ ਸਿੰਘ ਕਹਿੰਦੇ ਚਲੋ ਸਿੰਘੋ ਚੱਲੀਏ। ਕਿਸੇ ਨੇ ਆਖਿਆ, ਬਾਬਾ ਜੀ ਉਹ ਤੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੇ। ਬਾਬਾ ਜੀ ਆਖਣ ਲੱਗੇ, ਧੀਆਂ ਭੈਣਾਂ ਵੱਖਰੀਆਂ ਵੱਖਰੀਆਂ ਨੇ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਨੇ, ਭਾਵੇਂ ਸਿੱਖਾਂ ਦੀਆਂ ਬੱਚੀਆਂ ਹੋਣ, ਭਾਵੇਂ ਹਿੰਦੂਆਂ ਦੀਆਂ ਬੱਚੀਆਂ ਹੋਣ, ਸਭ ਦੀਆਂ ਸਾਂਝੀਆਂ ਨੇ ਧੀਆਂ ਭੈਣਾਂ। ਤੇ ਸ਼ਹੀਦ ਵੀ ਸਭ ਦੇ ਸਾਂਝੇ ਹੁੰਦੇ ਨੇ ਪਿਆਰਿਓ, ਕੁਰਬਾਨੀ ਕਰਨ ਵਾਲੇ ਸਾਰਿਆਂ ਲਈ ਹੈ। ਰਾਜੇਆਣਾ, ਭਾਈ ਰਾਜੇਆਣਾ ਨੇ ਆਖਿਆ ਹੈ, ਉਹਨਾਂ ਤੇ ਸਾਨੂੰ ਮਾਣ ਹੈ, ਇਸ ਗੱਲ ਤੇ ਅਸੀਂ ਫਖਰ ਕਰਨੇ, ਬੜੇ ਮਾਣ ਨਾਲ ਅੱਜ ਇਹ ਗੱਲ ਕਹਿੰਦੇ ਆ ਕਿ ਉਹਨਾਂ ਨੇ ਏਡੀ ਵੱਡੀ ਗੱਲ ਕਹੀ ਹੈ, ਅੱਜ ਵੀ ਉਹ ਮੌਤ ਤੋਂ ਨਹੀਂ ਡਰਦੇ। ਉਹਨਾਂ ਦੀ ਚੜ੍ਹਦੀ ਕਲਾ ਲਈ ਕਿੰਨੀਆਂ ਅਰਦਾਸਾਂ ਹੋ ਰਹੀਆਂ ਨੇ, ਪਰ ਗੁਰਮੁਖੋ ਇਸ ਗੱਲ ਨਾਲ ਉਹ ਭਾਵੇਂ ਚਾਹ ਨਾਲ ਕਹਿੰਦੇ ਨੇ ਕਿ ਮੈਂ ਮਰਨ ਨੂੰ ਤਿਆਰ ਹਾਂ, ਮੈਂ 31 ਤਰੀਕ ਉਡੀਕ ਰਿਹਾ, ਪਰ ਇਹ ਗੱਲ ਜਿੱਦਣ ਤੋਂ ਆਈ ਹੈ ਬਾਹਰ ਕੇ 31 ਤਰੀਕ ਨੂੰ ਮੈਂ ਬੜੀ ਵਾਰ ਸਟੇਜਾਂ ਤੇ ਬੇਨਤੀ ਕੀਤੀ ਹੈ ਕਿ ਸਰਦਾਰ ਭਾਈ ਬਲਵੰਤ ਸਿੰਘ ਰਾਜੇਆਣਾ ਨੂੰ ਫਾਂਸੀ ਚੜਾਇਆ ਜਾਣਾ ਹੈ, ਇਹ ਗੱਲ ਜਿੱਦਣ ਤੋਂ ਸਾਹਮਣੇ ਆਈ ਹੈ, ਜਿੰਨੇ ਵੀ ਪੰਥ ਦਰਦੀ ਲੋਕ ਨੇ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਆ, ਵਿਦੇਸ਼ਾਂ ਦੇ ਵਿੱਚ ਜਿੰਨੇ ਫੈਡਰੇਸ਼ਨਾਂ ਬਣੀਆਂ ਨੇ, ਭਾਵੇਂ ਇੰਗਲੈਂਡ, ਭਾਵੇਂ ਅਮਰੀਕਾ, ਭਾਵੇਂ ਕੈਨੇਡਾ, ਅਖੰਡ ਕੀਰਤਨੀ ਜਥੇ ਦੇ ਸਿੰਘ ਜਿੱਥੇ ਜਿੱਥੇ ਵੀ ਗੁਰੂ ਦੇ ਪਿਆਰੇ ਪੰਥ ਦਰਦੀ ਬੈਠੇ ਆ, ਉਹਨਾਂ ਦੇ ਹਿਰਦੇ ਬਲੁੰਦਰੇ ਆ। ਆਹ ਗੱਲ ਸੁਣ ਕੇ ਉਹ ਤੜਫ ਰਹੇ ਨੇ, ਮੈਨੂੰ ਕੱਲ ਪਰਸੋਂ, ਕੱਲ ਵੀ ਪਰਸੋਂ ਵੀ ਅੱਜ ਵੀ ਕਈ ਸਿੰਘ ਮਿਲੇ, ਕਹਿੰਦੇ ਬਾਬਾ ਜੀ ਤੁਹਾਡੀ ਸਰਦਾਰ ਬਲਵੰਤ ਸਿੰਘ ਹੋਣਾ ਨਾਲ ਮੁਲਾਕਾਤ ਹੋਈ ਹੈ, ਤੁਸੀਂ ਗਏ ਹੋ। ਮੈਂ ਉਹਨਾਂ ਨੂੰ ਬੇਨਤੀ ਇਹ ਕੀਤੀ, ਮੈਂ ਕਿਹਾ ਗੁਰਮੁਖੋ ਮੇਰੇ ਵਿੱਚ ਹਿੰਮਤ ਨਹੀਂ ਪੈਂਦੀ ਉਹਨਾਂ ਸਾਹਮਣੇ ਜਾਣ ਦੀ, ਮੈਂ ਉਹਨਾਂ ਦੀਆਂ ਅੱਖਾਂ ਚੱਖਾਂ ਪਾ ਕੇ ਕੀ ਆਖਾਂ, ਕੀ ਮੈਂ ਉਹਨਾਂ ਨਾਲ ਗੱਲ ਕਰਾਂ। ਅਸੀਂ ਅਰਦਾਸਾਂ ਕਰ ਰਹੇ ਹਾਂ ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਵੀ ਉੱਥੇ ਮੈਂ ਫੋਟੋਆਂ ਖਿਚਾ ਕੇ ਅਖਬਾਰਾਂ 'ਚ ਲਵਾਵਾਂ ਵੀ ਲਓ ਜੀ ਮੈਂ ਉੱਥੇ ਜਾ ਕੇ ਆਇਆ, ਮੈਂ ਉਹਨਾਂ ਨੂੰ ਮਿਲ ਕੇ ਆਇਆ। ਅਸਲ ਤੇ ਸਵਾਦ ਫਿਰ ਅਸੀਂ ਕੁਝ ਕਰ ਸਕੀਏ, ਉਹ ਗੁਰੂ ਕਾ ਸਿੰਘ ਜਾ ਰਿਹਾ ਹੈ, ਅਸੀਂ ਉਹਨੂੰ ਜਾਂਦੇ ਨੂੰ ਰੋਕ ਸਕੀਏ, ਫਿਰ ਸਾਡੀ ਕੋਈ ਬਹਾਦਰੀ ਵਾਲੀ ਗੱਲ ਹੋਏਗੀ, ਫਿਰ ਕੋਈ ਸਵਾਦ ਵਾਲੀ ਗੱਲ ਹੋਏਗੀ। ਅਸੀਂ ਉਹ ਜਾਣ ਨਾਲ ਉਹ ਵੇਖੋ ਪਿਆਰਿਓ ਗੁਰੂ ਕਾ ਸਿੰਘ ਕੀ ਆਖੀ ਉਹਨੂੰ ਜਾ ਕੇ,
ਕੀ ਗੱਲ ਕਰੀਏ ਉਹਦੇ ਨਾਲ ਉਹ ਤੇ ਇੱਕੋ ਗੱਲ ਅਕਾਲ ਤਖਤ ਦੇ ਜਥੇਦਾਰਾਂ ਨੂੰ ਕਹਿੰਦਾ ਹੈ ਮੇਰੇ ਲਈ ਅਪੀਲ ਨਾ ਕਰੋ ਮੈਂ ਜਾਵਾਂਗਾ ਮੈਨੂੰ ਉਹਨੇ ਆਖਣਾ ਮੇਰੇ ਲਈ ਅਪੀਲ ਨਾ ਕਰੋ ਕੋਈ ਸਿੰਘ ਜਾਏਗਾ ਹਰੇਕ ਲਈ ਕਹਿੰਦਾ ਮੇਰੇ ਲਈ ਅਪੀਲ ਨਾ ਕਰੋ ਪਰ ਸਵਾਦ ਤੇ ਫੇਰ ਅਸੀਂ ਸਾਰੇ ਜਣੇ ਰਲ ਕੇ ਉਹਨੂੰ ਜਾਣੋ ਰੋਕੀਏ ਇਹੋ ਜਿਹੇ ਹੀਰਿਆਂ ਦੀ ਸਾਡੀ ਕੌਮ ਨੂੰ ਲੋੜ ਹੈ ਗੱਲਾਂ ਵਾਲੇ ਬੜੇ ਆ ਮੇਰੇ ਵਰਗੇ ਜਿੰਨੀਆਂ ਮਰਜ਼ੀ ਗੱਲਾਂ ਕਰਾ ਲਓ ਜਜ਼ਬੇ ਦੀਆਂ ਬੜੀਆਂ ਵੀਰ ਰਸ ਵਾਲੀਆਂ ਗੱਲਾਂ ਅਸੀਂ ਕਰ ਸਕਨੇ ਆ ਪਰ ਇੱਕ ਫਿਰ ਹੈ ਹਨੇਰੇ ਕਰਹਿ ਗੱਲਾਂ ਅਸੀਂ ਗੱਲਾਂ ਵਾਲੇ ਆ ਸਿਰਫ ਉਹ ਕੁਰਬਾਨੀ ਵਾਲਾ ਸੂਰਮਾ ਹੈ ਉਦਣ ਮੈਂ ਸੱਚ ਕਹਿੰਦਾ ਉਦਣ ਅਸੀਂ ਚਾਹ ਨਾਲ ਜਾਵਾਂਗੇ ਜਿੱਦਣ ਉਹ ਸਾਨੂੰ ਇਹ ਪਤਾ ਲੱਗੇਗਾ ਕਿ ਉਹ ਸਾਧ ਸੰਗਤ ਸਾਡੇ ਵਿੱਚ ਰਹਿਣਗੇ ਹਮੇਸ਼ਾ ਖੁਸ਼ੀ ਨਾਲ ਜਾਈਏ ਉਹਨਾਂ ਨੂੰ ਮਿਲ ਕੇ ਆਈਏ ਕਿਹੜੇ ਮੂੰਹ ਨਾਲ ਮੱਥੇ ਲੱਗੀ ਵੀ ਅਸੀਂ ਕੁਛ ਨਹੀਂ ਕਰ ਸਕੇ ਤੁਹਾਡੇ ਲਈ ਸਾਡੇ ਤੋਂ ਕੁਛ ਵੀ ਨਹੀਂ ਹੋਇਆ ਤੁਹਾਡੇ ਲਈ ਸਾਰੀ ਕੌਮ ਅੱਜ ਮੂੰਹ ਵੇਖ ਰਹੀ ਹੈ ਸਾਡੇ ਸਾਹਮਣੇ ਗੁਰੂ ਕਾ ਸਿੰਘ 31 ਤਰੀਕ ਨੂੰ ਤਖਤੇ ਫਾਂਸੀ ਚੜਾ ਦਿੱਤਾ ਜਾਏਗਾ ਇੰਨਾ ਮੀਡੀਆ ਹਰ ਪਾਸੇ ਇਦਾਂ ਦਾ ਸਮਾਂ ਹੈ ਤੇ ਅਸੀਂ ਕੀ ਆਖੀਏ ਕੀ ਵੀ ਅਸੀਂ ਕੁਝ ਨਹੀਂ ਕਰ ਸਕੇ ਹੱਥ ਤੇ ਹੱਥ ਧਰ ਕੇ ਬੈਠੇ ਬਿਆਨ ਦੇ ਰਹੇ ਹਾਂ ਤੁਹਾਡੇ ਲਈ ਕੀ ਆਖੀਏ ਉਹਨਾਂ ਸਿੰਘਾਂ ਨੂੰ ਜਾ ਕੇ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਸਾਰੀ ਸੰਗਤ ਨੂੰ ਵੇਖੋ ਸਾਰੇ ਸਿੱਖ ਬੈਠੇ ਹੋ ਤੁਹਾਡੇ ਚ ਹਿੰਦੂ ਭਰਾ ਵੀ ਬੈਠੇ ਹੋਣਗੇ 17 ਸਾਲ ਉਹ ਸਿੰਘ ਨੇ ਜੇਲ੍ਹ ਕੱਟ ਲਈ ਹੈ 17 ਸਾਲ ਉਹਦੀ ਜਵਾਨੀ ਦੇ ਜੇਲ੍ਹ ਚ ਰੁਲੇ ਆ 17 ਸਾਲ ਹੋ ਗਏ ਆ ਉਹਦੀ ਦਾੜੀ ਢੋਲੇ ਆ ਗਏ ਆ ਉਹ ਜਦੋਂ ਦਾ ਅੰਦਰ ਜੇਲ੍ਹ ਵਿੱਚ ਗਿਆ ਹੈ ਇਹ ਕਿਤੇ ਥੋੜੀ ਸਜ਼ਾ ਹੈ ਇਹਨੂੰ ਹੋਰ 5-4 ਸਾਲ ਵਧਾ ਕੇ 20 ਸਾਲ ਹੋ ਸਕਦੀ ਸੀ ਹੋਰ ਵੀ ਹੋ ਸਕਦੀ ਸੀ ਪਰ ਆਹ ਜਿਹੜਾ ਫੈਸਲਾ ਕੀਤਾ ਹੈ ਇਹ ਬੜਾ ਮੰਦਭਾਗਾ ਹੈ ਤੇ ਏਦੂ ਵੱਡਾ ਦੁਖਾਂਤ ਨਹੀਂ ਹੋ ਸਕਦਾ ਜੇ ਸਾਡੇ ਹੱਥਾਂ 'ਚੋਂ ਸਾਡੇ ਕੋਲੋਂ 31 ਤਰੀਕ ਨੂੰ ਉਹ ਸਾਡਾ ਸਿੰਘ ਸਾਡੇ ਕੋਲੋਂ ਜੇ ਚਲਿਆ ਗਿਆ ਤੇ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਵੇਖੋ ਮਿਲਣ ਦੀ ਗੱਲ ਕਰਦੇ ਨੇ ਜਾਈਏ ਚਾਹ ਨਾਲ ਮਿਲਣ ਸਾਰੇ ਮਿਲੀਏ ਪਰ ਉਹ ਸਾਡੇ ਵਿੱਚ ਰਹਿਣ ਸਵਾਦ ਮਿਲਣ ਦਾ ਤਾਂ ਹੈ ਐਦਾਂ ਗੱਲਾਂ ਕਰਨੀਆਂ ਮੈਨੂੰ ਪਸੰਦ ਨਹੀਂ ਮੈਂ ਆਪ ਸੰਗਤਾਂ ਨੂੰ ਬੇਨਤੀ ਕਰਨਾ ਸੰਗਤੇ ਸਾਰਿਆਂ ਨੂੰ ਹੱਥ ਜੋੜ ਕੇ ਉਹ ਸਿੰਘ ਨੇ ਬੜੀ ਵੱਡੀ ਕੁਰਬਾਨੀ ਕੀਤੀ ਅੱਜ ਉਹ ਜੇਲ੍ਹ ਵਿੱਚ ਹੈ ਅੱਜ ਵੇਖੋ ਹਿਸਾਬ ਲਾਓ ਸੰਗਤ ਜੀ ਇਹ ਪੁਰਾਣੀਆਂ ਗੱਲਾਂ ਨਹੀਂ ਇਹ ਅੱਜ ਦੀਆਂ ਗੱਲਾਂ ਨੇ ਅੱਜ 20 ਤਰੀਕ ਹੋ ਗਈ ਹੈ 20 ਤਰੀਕ ਅੱਜ ਹੋ ਗਈ ਹੈ ਸੰਗਤੇ ਤੇ ਸਿਰਫ ਅੱਜ 11 ਦਿਨ ਰਹਿ ਗਏ 11 ਦਿਨ ਸਿਰਫ ਰਹਿ ਗਏ ਤੇ 11 ਦਿਨਾਂ ਬਾਅਦ 31 ਤਰੀਕ ਨੂੰ ਫਾਂਸੀ ਦਾ ਹੁਕਮ ਦਿੱਤਾ ਗਿਆ ਹੈ ਤੇ ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਇਹ ਬੇਨਤੀ ਕਰਨਾ ਸਾਰਿਆਂ ਨੂੰ ਹੱਥ ਜੋੜ ਕੇ ਭਾਵੇਂ ਤੁਹਾਡੇ 'ਚ ਕੋਈ ਹਿੰਦੂ ਭਰਾ ਬੈਠਾ ਹੈ ਭਾਵੇਂ ਕੋਈ ਸਿੱਖ ਭਰਾ ਬੈਠਾ ਹੈ ਉਹ ਸਿੰਘ ਨੇ 17 ਸਾਲ ਜੇਲ੍ਹ ਕੱਟੀ ਹੈ ਸਵਾਸ ਸਵਾਸ ਉਹ ਨਾਮ ਜਪਦਾ ਹੈ ਸਵਾਸ ਸਵਾਸ ਉਹ ਨਾਮ ਜਪਦਾ ਹੈ ਕਲਗੀਧਰ ਜੀ ਦੀ ਮਹਾਨ ਅਮੋਲਕ ਦਾਤ ਅੰਮ੍ਰਿਤ ਦੀ ਦਾਤ ਉਹਦੇ ਕੋਲ ਹੈ ਅੱਜ ਤੁਹਾਡੇ ਪਿਆਰ ਦੀ ਲੋੜ ਹੈ ਬੜੇ ਲੋਕ ਦਾਅਵੇ ਕਰਦੇ ਨੇ ਪਾਠ ਕਰਦੇ ਨੇ ਮੈਂ ਤੇ ਬੇਨਤੀ ਕਰਨਾ ਕੋਈ ਸੰਪਟ ਪਾਠ ਕਰ ਲੈ ਰਾਜੋਆਣਾ ਬਚ ਜਾਏ ਕੋਈ ਕਿਸੇ ਤਰ੍ਹਾਂ ਵੀ ਕੋਈ ਵੀ ਆਖੇ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਅੱਜ ਉਹ ਬਚਣਾ ਚਾਹੀਦਾ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਬਹੁਤ ਵੱਡੀ ਉਹ ਸਿੰਘ ਦੀ ਕੁਰਬਾਨੀ ਹੈ ਸਾਰੇ ਜਣੇ ਉਹਦੇ ਲਈ ਅਰਦਾਸ ਵੀ ਕਰਨ ਉਹਦੇ ਲਈ ਪਾਠ ਵੀ ਕਰਨ ਤੇ ਇਹ ਕਹਿਣ ਇਹੋ ਜਿਹਾ ਬੰਦਗੀ ਵਾਲਾ ਅਸਲੀ ਸੰਤ ਉਹ ਹੈ ਅਸਲੀ ਸਾਧੂ ਉਹ ਹੈ ਅਸਲੀ ਸੂਰਮਾ ਉਹ ਹੈ ਅਸਲੀ ਮਰਦ ਉਹ ਹੈ ਅਸਲੀ ਗੁਰੂ ਕਾ ਸਿੰਘ ਉਹ ਹੈ ਅਸੀਂ ਖਾਲਸਾ ਉਹ ਹੈ ਪਿਆਰਿਓ ਇਹੋ ਜਿਹੇ ਸਿੰਘ ਜਜ਼ਬੇ ਵਾਲੇ ਉਹ ਸਾਡੇ ਕੌਮ ਦੇ ਹੀਰੇ ਨੇ ਸਾਡੇ ਹੱਥਾਂ 'ਚੋਂ ਚਲੇ ਗਏ ਏਦੂ ਵੱਡੀ ਬਦਕਿਸਮਤੀ ਏਦੂ ਵੱਡਾ ਦੁਖਾਂਤ ਸਾਡੀ ਕੌਮ ਵਾਸਤੇ ਕੁਝ ਹੋਰ ਹੋ ਨਹੀਂ ਸਕਦਾ ਤੇ ਮੈਂ ਸੰਗਤਾਂ ਸਾਰੀਆਂ ਨੂੰ ਬੇਨਤੀ ਕਰਨਾ ਮੈਂ ਇੱਕ ਜੈਕਾਰਾ ਲਾਵਾਂਗਾ ਤੇ ਤੁਸੀਂ ਮੇਰੇ ਨਾਲ ਬਾਹਾਂ ਖੜੀਆਂ ਕਰਕੇ ਇਹ ਸਬੂਤ ਦੇਣਾ ਹੈ ਵੇਖੋ ਇੱਥੇ ਆ ਜੋ ਰਿਕਾਰਡਿੰਗਾਂ ਹੁੰਦੀਆਂ ਨੇ ਦੁਨੀਆ 'ਚ ਜਾਂਦੀਆਂ ਨੇ ਸਾਰੀ ਦੁਨੀਆ 'ਚ ਸਾਰੀ ਦੁਨੀਆ ਇਹਨਾਂ ਨੂੰ ਵੇਖਦੀ ਹੈ ਮੈਂ ਚਾਹੁੰਦਾ ਮੈਂ 10 ਦਿਨ ਰਹਿੰਦੇ ਨੇ ਮੈਂ ਹਰੇਕ ਸਟੇਜ ਤੇ ਬੋਲ ਰਿਹਾ ਹਰ ਸਟੇਜ ਤੇ ਮੈਂ ਬੋਲਣਾ ਹੈ ਮੈਂ ਬਹੁਤਾ ਅਖਬਾਰਾਂ ਵਿੱਚ ਬਿਆਨਬਾਜ਼ੀਆਂ ਨਹੀਂ ਕੀਤੀਆਂ ਪਰ ਮੈਂ ਤੁਹਾਨੂੰ ਸਾਰੀ ਸੰਗਤ ਜੇ ਅੱਜ ਚਾਹਵੇ ਤੇ ਕੀ ਨਹੀਂ ਹੋ ਸਕਦਾ ਸਿੱਖ ਕੌਮ ਚਾਹਵੇ ਤੇ ਕੀ ਨਹੀਂ ਹੋ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਇੱਕ ਵਾਰੀ ਜਿੰਨੇ ਵੀਰ ਸਾਰੀਆਂ ਭੈਣਾਂ ਇਹ ਬਾਹਾਂ ਖੜੀਆਂ ਕਰਕੇ ਸਬੂਤ ਦੇ ਦਿਓ ਵੀ ਰਾਜੋਆਣਾ ਨੂੰ ਫਾਂਸੀ ਨਹੀਂ ਲੱਗਣੀ ਚਾਹੀਦੀ ਉਹ ਸਿੰਘ ਸਾਡੇ ਵਿੱਚ ਰਹਿਣਾ ਚਾਹੀਦਾ ਸਾਰੀਆਂ ਭੈਣਾਂ ਸਾਰੇ ਵੀਰ ਇੱਕ ਵਾਰੀ ਬਾਹਾਂ ਖੜੀਆਂ ਕਰਿਓ ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਕਰ ਦੇਣ
ਸਾਡੀਆਂ ਅਰਦਾਸਾਂ ਸੁਣੀਆਂ ਜਾਣ ਪਿਆਰਿਓ ਭਾਈ ਬਲਵੰਤ ਸਿੰਘ ਬਚ ਜਾਣ ਇਹਦੇ ਵਾਸਤੇ ਸਾਰੇ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਵੇਖੋ ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਆਇਆ ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਆਇਆ ਹੈ ਕਿ ਉੱਥੇ ਮੀਟਿੰਗ ਹੋਣੀ ਹੈ 23 ਤਰੀਕ ਨੂੰ ਜਥੇਦਾਰਾਂ ਨੇ ਕੀਤੀ ਹੈ ਮੈਂ ਬੇਨਤੀ ਕਰਨਾ ਕਿ ਅਕਾਲ ਤਖਤ ਸਾਹਿਬ ਕੋਈ ਫੈਸਲਾ ਲਵੇ ਠੋਸ ਫੈਸਲਾ ਹੁਣ ਜਥੇਦਾਰ ਸਹਿਬਾਨਾਂ ਨੂੰ ਵੀ ਮੈਂ ਬੇਨਤੀ ਕਰਨਾ ਕਿ ਉਹਨਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਹੈ ਹੁਣ ਅਗਵਾਈ ਕਰਨੀ ਚਾਹੀਦੀ ਹੈ ਜਥੇਦਾਰ ਸਹਿਬਾਨ ਜੋ ਫੈਸਲਾ ਸੁਣਾਉਣਗੇ ਜੋ ਅਕਾਲ ਤਖਤ ਦਾ ਹੁਕਮਨਾਮਾ ਆਏਗਾ ਕੋਈ ਮੰਨੇ ਨਾ ਮੰਨੇ ਪਰ ਅਸੀਂ ਜਿੰਨਾ ਜਥਾ ਇੱਥੇ ਬੈਠੇ ਹਾਂ ਜਿੰਨੀ ਸੰਗਤ ਵੀ ਜੋ ਅਕਾਲ ਤਖਤ ਹੁਕਮਨਾਮਾ ਕਰੇਗਾ ਇੱਥੇ ਖਲੋ ਜਾਓ ਉੱਥੇ ਹੀ ਖਲੋਵਾਂਗੇ ਇੱਥੇ ਖੜ ਜਾਓ ਇੱਥੇ ਖੜ ਜਾਾਂਗੇ ਜੇਲ੍ਹਾਂ ਭਰ ਦਿਓ ਜੇਲ੍ਹਾਂ ਭਰਾਂਗੇ ਜੋ ਕਹਿਣਗੇ ਕਰਾਂਗੇ ਪਰ ਅਕਾਲ ਤਖਤ ਦੇ ਜਥੇਦਾਰਾਂ ਨੂੰ ਸਾਡੀ ਬੇਨਤੀ ਹੈ ਅੱਜ ਸਾਰੀ ਕੌਮ ਉਹਨਾਂ ਦੇ ਹੱਥਾਂ ਵੱਲ ਵੇਖਦੀ ਹੈ ਉਹਨਾਂ ਦੇ ਫੈਸਲੇ ਵੱਲ ਵੇਖਦੀ ਹੈ ਕਿ ਸਾਡੇ ਸਿੰਘ ਸਹਿਬਾਨ ਕਿੱਦਾਂ ਦਾ ਫੈਸਲਾ ਲੈਂਦੇ ਨੇ ਉਹ ਇੱਕ ਫੈਸਲਾ ਲੈ ਲੈਣ ਕਰੜੇ ਹੋ ਕੇ ਫੈਸਲਾ ਲੈ ਲੈਣ ਪੰਜ ਸਿੰਘ ਸਹਿਬਾਨ ਜੋ ਫੈਸਲਾ ਲੈਣਗੇ ਅਸੀਂ ਸਾਰੇ ਉਹਦੇ ਤੇ ਫੁੱਲ ਚੜਾਵਾਂਗੇ ਜੋ ਮਰਜ਼ੀ ਹੋਵੇ ਸਰਦਾਰ ਬਲਵੰਤ ਸਿੰਘ ਮੈਂ ਬੇਨਤੀ ਫਿਰ ਕਰਨਾ ਉਹ ਬੜਾ ਭਜਨੀਕ ਸਿੰਘ ਹੈ ਉਹ ਸਵਾਸ ਸਵਾਸ ਨਾਮ ਜਪਣ ਵਾਲੀ ਰੂਹ ਹੈ ਉਹੀ ਦ੍ਰਿੜਤਾ ਵਾਲਾ ਬੰਦਾ ਇਹ ਗੱਲ ਕਹਿ ਸਕਦਾ ਹੈ ਕਿ ਮੈਨੂੰ ਕੋਈ ਡਰ ਨਹੀਂ ਮੌਤ ਦਾ ਉਹ ਲੋਕਾਂ ਨੂੰ ਕਹਿ ਰਿਹਾ ਮੇਰੇ ਲਈ ਅਪੀਲ ਨਾ ਕਰੋ ਮੇਰੇ ਲਈ ਰਹਿਮ ਦੀ ਭੀਖ ਨਾ ਮੰਗੋ ਪਰ ਉਹ ਕਹਿ ਰਿਹਾ ਇਹ ਉਹਦਾ ਜਜ਼ਬਾ ਹੈ ਸਾਨੂੰ ਇਸ ਗੱਲ ਦਾ ਮਾਣ ਬੜਾ ਹੈ ਉਹ ਸਾਡਾ ਸਿੰਘ ਹੈ ਉਹ ਪੰਥ ਦਾ ਹੈ ਉਹ ਸਿੱਖ ਹੈ ਸਾਨੂੰ ਇਸ ਗੱਲ ਦਾ ਮਾਣ ਹੈ ਬੜਾ ਵੀ ਸਾਡਾ ਸਿਰ ਦਾ ਤਾਜ ਹੈ ਉਹ ਸੂਰਮਾ ਸਾਡੇ ਸਿਰ ਦਾ ਤਾਜ ਹੈ ਪਰ ਇਸ ਗੱਲ ਕਰਕੇ ਇਹੋ ਜਿਹੇ ਸਿੰਘ ਸਾਡੇ ਵਿੱਚ ਰਹਿਣ ਉਹਦੇ ਵਾਸਤੇ ਸਾਰੀ ਕੌਮ ਅਰਦਾਸ ਕਰੇ ਉਹਦੇ ਵਾਸਤੇ ਜਿੰਨਾ ਕੋਈ ਬੰਦਾ ਕਰ ਸਕਦਾ ਆਪਣੇ ਆਪਣੇ ਤਰੀਕੇ ਨਾਲ ਜ਼ਰੂਰ ਕਰੇ ਕੇਂਦਰ ਸਰਕਾਰ ਵੇਖੋ ਪਿਆਰਿਓ ਅੱਗੇ ਬੜੀ ਵਾਰੀ ਧੱਕੇ ਹੋਏ ਨੇ ਕਸਾਬ ਅਜੇ ਵੀ ਜਿਉਂਦਾ ਹੈ ਅਫਜ਼ਲ ਗੁਰੂ ਅਜੇ ਵੀ ਜਿਉਂਦਾ ਹੈ ਟਾਈਟਲਰ ਅਜੇ ਵੀ ਜਿਉਂਦਾ ਹੈ ਸੱਜਣ ਕੁਮਾਰ ਜਿਨ੍ਹਾਂ ਨੇ ਗਲਾਂ ਵਿੱਚ ਟੈਰ ਪਾ ਪਾ ਕੇ ਸਾਡੇ ਨੇ ਸਿੱਖ 84 ਦੇ ਅਜੇ ਵੀ ਜਿਉਂਦੇ ਨੇ ਮੈਂ ਬੇਨਤੀ ਕਰਨਾ ਜੇ ਫਾਂਸੀ ਇਹਨਾਂ ਨੇ ਦੇਣੀ ਵੀ ਹੈ ਤੇ ਫਿਰ ਉਹ ਇਸ ਜੱਜ ਦੇ ਫੈਸਲੇ ਤੋਂ ਉਹ ਵੀ ਤੇ ਸਿੱਖ ਲੈਣ ਉਹ ਜਿਹੜੇ ਸੱਜਣ ਕੁਮਾਰ ਨੂੰ ਕਲੀਨ ਚਿੱਟ ਦੇ ਰਹੇ ਨੇ ਟਾਈਟਲਰ ਵਰਗਿਆਂ ਨੂੰ ਛੱਡ ਰਹੇ ਨੇ ਉਹ ਜੇ ਬਲਵੰਤ ਸਿੰਘ ਰਾਜੋਆਣਾ ਵਾਸਤੇ ਫਾਂਸੀ ਦੀ ਸਜ਼ਾ ਹੈ ਤੇ ਇਸ ਫੈਸਲੇ ਤੋਂ ਉਹ ਜੱਜ ਵੀ ਫੈਸਲਾ ਲੈ ਲੈਣ ਉਹ ਵੀ ਸਿੱਖ ਲੈਣ ਕੁਝ ਉਹਨਾਂ ਨੂੰ ਫਾਂਸੀ ਚਾੜਿਆ ਹੁੰਦਾ ਅਸੀਂ ਕਹਿੰਦੇ ਠੀਕ ਹੈ ਜੀ ਸਿਸਟਮ ਇਦਾਂ ਦਾ ਹੈ ਜਿਹੜਾ ਬੰਦਾ ਇਦਾਂ ਲੱਗਦਾ ਹੈ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ ਉਹ ਵੀ ਫਾਂਸੀ ਚੜੇ ਨੇ ਤੇ ਸਾਡਾ ਸਿੰਘ ਵੀ ਚਲਿਆ ਗਿਆ ਕੋਈ ਗੱਲ ਨਹੀਂ ਉਹ ਜਦੋਂ ਗਲਾਂ 'ਚ ਟੈਰ ਪਾ ਪਾ ਕੇ ਸਿੱਖਾਂ ਨੂੰ ਸਾੜਨ ਵਾਲੇ ਅੱਗੇ ਉਹ ਜਿਉਂਦੇ ਨੇ ਤੇ ਫਿਰ ਇਹਨਾਂ ਨੂੰ ਵੀ ਉਹੀ ਸਜ਼ਾ ਘੱਟ ਗਿਣਤੀ ਸਿੱਖਾਂ ਦੀ ਇਸੇ ਕਰਕੇ ਇਦਾਂ ਹੋ ਰਿਹਾ ਮੈਂ ਬੇਨਤੀ ਕਰਨੀ ਚਾਹੁੰਦਾ ਪਿਆਰਿਓ ਸਾਰੇ ਜਣੇ ਲਾਮਬੰਦ ਹੋਈਏ ਸਾਰੇ ਇਕੱਠੇ ਹੋਈਏ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਜਥੇਬੰਦੀਆਂ ਆਪਣੇ ਆਪਣੇ ਤਰੀਕੇ ਨਾਲ ਸੰਘਰਸ਼ ਕਰ ਰਹੀਆਂ ਨੇ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ ਉਹ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਅਸੀਂ ਪੰਜਾਬ 'ਚ ਬੈਠੇ ਹਾਂ ਜਿੰਨਾ ਸਾਡੇ ਤੋਂ ਹੋ ਸਕਦਾ ਹੈ ਆਪਣੇ ਆਪਣੇ ਤਰੀਕੇ ਨਾਲ ਕਰੀਏ ਅਕਾਲ ਤਖਤ ਸਾਹਿਬ ਨੇ ਸੁਝਾਅ ਮੰਗੇ ਨੇ ਸਾਰੇ ਉੱਥੇ ਆਪਣੇ ਆਪਣੇ ਸੁਝਾਅ ਭੇਜਣ ਕਿ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਰੜਾ ਫੈਸਲਾ ਲਿਆ ਜਾਵੇ ਅਸੀਂ ਅਕਾਲ ਤਖਤ ਦੀ ਛਤਰ ਛਾਇਆ ਹੇਠ ਜੋ ਫੈਸਲਾ ਲੈਣ ਅਸੀਂ ਉਹਦੇ ਤੇ ਫੁੱਲ ਚੜਾਈਏ ਤੇ ਜੋ ਬਣਦਾ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਇੱਕ ਬੰਦਾ ਦੋ ਬੰਦੇ ਚਾਰ ਬੰਦੇ ਕੁਝ ਨਹੀਂ ਕਰ ਸਕਦੇ ਅਕਾਲ ਤਖਤ ਦੇ ਜਥੇਦਾਰ ਸਹਿਮਾਨ ਕਰੜਾ ਫੈਸਲਾ ਲੈ ਲੈਣ ਸਾਰੀ ਕੌਮ ਸਾਰਾ ਕੁਝ ਭੁਲਾ ਕੇ ਗਿਲੇ ਸ਼ਿਕਵੇ ਇਸ ਮੁੱਦੇ ਲਈ ਇੱਕ ਹੋ ਜਾਣ ਤੇ ਸਾਡਾ ਉਹ ਭਰਾ ਸਾਡੇ ਵਿੱਚ ਰਵੇ ਸਦਾ ਰਵੇ ਚਾਹ ਉਹ ਵੀ ਜ਼ਿੰਦਗੀ ਵੇਖ ਸਕੇ ਪਿਆਰਿਓ ਭਾਵੇਂ ਗੁਰੂ ਦੇ ਪਿਆਰੇ ਹਮੇਸ਼ਾ ਇਹ ਕਹਿੰਦੇ ਨੇ ਕਿ ਸਾਨੂੰ ਜ਼ਿੰਦਗੀ ਨਾਲੋਂ ਮੌਤ ਪਿਆਰੀ ਲੱਗਦੀ ਹੈ ਸਿੱਖੀ ਗੁਰੂ ਦੇ ਸਿੱਖ ਕਹਿੰਦੇ ਨੇ ਧਰਮ ਸਿਧਾਂਤ ਹੈ ਜਿਹੜਾ ਬਦਲਿਆ ਜਾ ਸਕਦਾ ਹੈ ਪਰ ਸਿੱਖੀ ਸਾਡੀ ਜਾਨ ਹੈ ਅਸਲੀ ਜ਼ਿੰਦਗੀ ਉਹਨਾਂ ਨੇ ਮਾਣੀ ਹੈ ਗੁਰੂ ਦੇ ਚਰਨਾਂ 'ਚ ਜੁੜ ਕੇ ਪਰ ਉਹਦੇ ਵਾਸਤੇ ਸਾਰੇ ਰਲ ਮਿਲ ਕੇ ਅਰਦਾਸਾਂ ਜ਼ਰੂਰ